ਜੇ ਕੋਈ ਸਭ ਤੋਂ ਨਿਕੰਮੀ ਨਿਖਿੱਧ ਤੇ ਨਲਾਇਕ ਸਰਕਾਰ ਹੈ ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ। ਜਿੱਥੇ ਜਿੱਥੇ ਇਲੀਗਲ ਮਾਈਨਿੰਗ ਹੈ ਉੱਥੇ ਐਸਐਚਓ ਕੌਣ ਹੈ, ਡੀਐਸਪੀ ਕੌਣ ਹੈ? ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਸਰਕਾਰ ਖਿਲਾਫ਼ ਮੋਹਾਲੀ ਵਿਖੇ ਧਰਨਾ ਲਾਇਆ ਗਿਆ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਇਸ ਦੌਰਾਨ ਉਹਨਾਂ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਹਿਲਾਉਣ ਦੇ ਲਾਇਕ ਨਹੀਂ ਹਨ। ਪੰਜਾਬ ਦੇ ਇਤਿਹਾਸ ਵਿੱਚ ਤੇ ਮੈਂ ਕਹਿ ਸਕਦਾ ਦੇਸ਼ ਦੇ ਇਤਿਹਾਸ ਵਿੱਚ ਜੇ ਕੋਈ ਸਭ ਤੋਂ ਨਿਕੰਮੀ ਨਿਖਿੱਧ ਤੇ ਨਲਾਇਕ ਸਰਕਾਰ ਹੈ ਕੈਪਟਨ ਦੀ ਸਰਕਾਰ। 3 ਸਾਲ ਹੋ ਗਏ, ਸਰਕਾਰ ਨਾਂ ਦੀ ਚੀਜ਼ ਹੀ ਨਹੀਂ ਹੈ। ਐ ਲੱਗਦਾ ਹੀ ਨਹੀਂ ਕਿ ਮੁੱਖ ਮੰਤਰੀ ਕਿੱਥੇ ਲੱਭਾਂਗੇ, ਕਿੱਥੇ ਮਿਲੂਗਾ। ਜਿਹੜਾ ਮੁੱਖ ਮੰਤਰੀ ਜਨਤਾ ਚ ਨਹੀਂ ਵਿਚਰਦਾ, ਪੰਜਾਬ ਦੇ ਲੋਕਾਂ ਨੂੰ ਨਹੀਂ ਮਿਲਦਾ, ਉਹ ਮੁੱਖ ਮੰਤਰੀ ਕਹਿਣ ਦੇ ਲਾਇਕ ਨਹੀਂ। ਇਸ ਤੋਂ ਬਾਅਦ ਉਹਨਾਂ ਕਿਹਾ ਕਿ ਅਕਾਲੀ ਦਲ ਸਰਕਾਰ ਵੰਡ ਤੇ ਅਫਸਰਾਂ ਨੂੰ ਅੰਦਰ ਕੀਤਾ ਜਾਵੇਗਾ। ਸਰਕਾਰ ਤੁਸੀਂ ਪੰਥ ਦੀ ਬਣਾਉਣਾ, ਸ਼੍ਰੋਮਣੀ ਅਕਾਲੀ ਦਲ ਬਣਾ ਦਿਓ, ਸਭ ਤੋਂ ਪਹਿਲੇ ਅਫਸਰਾਂ ਨੂੰ ਅੰਦਰ ਕਰਾਂਗੇ ਜਿਨ੍ਹਾਂ ਨੇ ਇਲੀਗਲ ਕੰਮ। ਜਿੱਥੇ ਜਿੱਥੇ ਮਾਈਨਿੰਗ ਹੋਣੀ ਹੈ, ਜਿੱਥੇ ਜਿੱਥੇ ਇਲੀਗਲ ਮਾਈਨਿੰਗ ਹੈ ਉੱਥੇ ਐਸਐਚਓ ਕੌਣ ਹੈ, ਡੀਐਸਪੀ ਕੌਣ ਹੈ? ਜਦੋਂ ਇਹਨਾਂ ਨੂੰ ਥਾਣੇ 'ਚ ਫੜ ਕੇ ਅੰਦਰ ਕੀਤਾ, ਆਪਣੇ ਆਪ ਦੱਸਣਗੇ ਕਿਹੜਾ ਕਿਹਦੇ ਹੁਕਮ 'ਤੇ ਆਇਆ, ਉਹ ਮੰਤਰੀ ਵੀ ਨਾਲ ਦੇ ਨਾਲ ਜਾਊਗਾ। ਉਹਨਾਂ ਕਿਹਾ ਕਿ ਅੱਜ ਕੱਲ੍ਹ ਗੈਂਗਸਟਰਾਂ ਨੇ ਕਬੱਡੀ ਕਲੱਬ ਵੀ ਬਣਾਏ ਹੋਏ ਨੇ ਤੇ ਜੇਕਰ ਕੋਈ ਖਿਡਾਰੀ ਉਹਨਾਂ ਦੇ ਕਲੱਬ ਵੱਲੋਂ ਨਹੀਂ ਖੇਡਦਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਗੈਂਗਸਟਰ ਜੇਲ੍ਹਾਂ 'ਚ ਉਹਨਾਂ ਨੇ ਰੱਖ ਲਏ, ਜੇਲ੍ਹਾਂ 'ਚ ਐਂ ਨਹੀਂ ਕਿ ਫੜ ਕੇ ਰੱਖੇ ਹੈ, ਉਹਨਾਂ ਨੂੰ ਪ੍ਰੋਟੈਕਸ਼ਨ ਦੇਣ ਵਾਸਤੇ ਕਿ ਤੁਸੀਂ ਆਰਾਮ ਨਾਲ ਬੈਠੋ, ਬਾਹਰ ਤਾਂ ਕੋਈ ਗੋਲੀ ਮਾਰੂ ਤੁਹਾਨੂੰ, ਇੱਥੇ ਆਰਾਮ ਨਾਲ ਬੈਠੋ। ਪੂਰਾ VIP ਰੱਖਿਆ, ਤੁਸੀਂ ਦੇਖਿਆ ਹੋਣਾ ਆ ਜਿਹੜਾ ਸੁੱਖੀ ਰੰਧਾਵੇ ਦਾ ਗੈਂਗਸਟਰ ਕਿਵੇਂ ਬਰਥਡੇ ਸੈਲੀਬ੍ਰੇਟ ਕਰਦਾ, ਕਿਵੇਂ ਟੋਰ ਨਾਲ ਦੀ ਟੋਰ ਹੈ, ਕਿਵੇਂ ਸੁਪਰਡੈਂਟ ਉਹਨਾਂ ਨੂੰ ਸਲੂਟ ਮਾਰਦੇ ਹੈ, ਇੱਥੋਂ ਫਿਰ ਫਰੌਤੀਆਂ ਕਰਦੇ ਹੈ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਕੋਈ ਡਾਕਟਰ ਨਹੀਂ, ਕੋਈ ਆੜ੍ਹਤੀਆਂ ਨਹੀਂ, ਕੋਈ ਬਿਜ਼ਨਸਮੈਨ ਨਹੀਂ ਜਿੱਥੋਂ ਇਹਨਾਂ ਨੇ ਗੈਂਗਸਟਰਾਂ ਨੇ 20-30-40 ਲੱਖ ਨਹੀਂ ਵਸੂਲਿਆ ਪਿਛਲੇ 2-3 ਸਾਲਾਂ 'ਚ। ਇਸ ਦੌਰਾਨ ਉਹਨਾਂ ਸੁਖਜਿੰਦਰ ਸਿੰਘ ਰੰਧਾਵਾ ਤੇ ਵੱਡਾ ਹਮਲਾ ਕੀਤਾ। ਉਹਨਾਂ ਕਿਹਾ ਕਿ ਰੰਧਾਵਾ ਤੇ ਕਹਿਣ ਤੇ ਅਕਾਲੀ ਦਲ ਦੇ ਵਰਕਰਾਂ ਉੱਤੇ ਅਤਿਆਚਾਰ ਕੀਤੇ ਜਾ ਰਹੇ ਨੇ। ਤੁਸੀਂ ਦੇਖ ਲਓ SSP ਜਿਹੜਾ ਸਾਡਾ ਬਟਾਲੇ ਵਾਲਾ, ਸਾਡੇ ਇੱਕ ਵਰਕਰ ਦਾ ਬੜਾ ਨਫੀਸ ਵਰਕਰ, ਪੁਰਾਣਾ ਟਕਸਾਲੀ ਬੰਦਾ, ਉਹਨੂੰ ਗੈਂਗਸਟਰ, ਕਿਉਂਕਿ ਉਹਨੇ ਸੁੱਖੀ ਰੰਧਾਵੇ ਦਾ ਵਿਰੋਧ ਕੀਤਾ, ਗੈਂਗਸਟਰ ਨੂੰ ਕਹਿ ਕੇ ਉਹਨੂੰ ਮਾਰ ਦਿੱਤਾ। ਮਾਰਿਆ ਵੀ ਕਿਵੇਂ? ਮਾਰ ਕੇ ਗੋਲੀ, 15 ਗੋਲੀਆਂ ਮਾਰ ਕੇ ਦੋਨੋਂ ਲੱਤਾਂ ਵੱਢੀਆਂ ਤੇ ਸਿਰ ਵੱਢਿਆ ਉਹਦਾ। ਤੇ SSP ਦੇਖੋ ਬਚਾਉਣ ਨੂੰ ਫਿਰ ਤਾਂ SSP ਨੇ ਸੁੱਖੀ ਰੰਧਾਵੇ ਦੇ ਕਹਿਣ ਤੇ ਉਸ ਪਰਿਵਾਰ ਦੇ ਬਿਆਨਾਂ ਤੇ ਪਰਚਾ ਵੀ ਨਹੀਂ ਦੇਣ ਦਿੱਤਾ ਅੱਜ ਤੱਕ। ਦੇਖੋ ਕੀ ਹਾਲਾਤ ਹੈ। ਕੋਈ ਗੱਲ ਨਹੀਂ, 2 ਸਾਲ ਬਾਅਦ ਕਿੱਧਰ ਜਾਣਗੇ SSP, ਕਿਉਂਕਿ ਆਪਣੀ ਕੁਰਸੀ ਤੇ ਬਹਿ ਕੇ ਜੋ ਬੇਇਨਸਾਫੀ ਕਰਨ, ਉਹ ਵੀ ਕ੍ਰਿਮੀਨਲ ਐਕਟ ਹੈ, ਕ੍ਰਿਮੀਨਲ ਐਕਟ। ਐ ਨਾ ਸਮਝਣ ਕਿ ਅਸੀਂ ਕੁਰਸੀ ਤੇ ਬੈਠੇ ਹਾਂ, ਸਾਨੂੰ ਕੁਛ ਮਰਜ਼ੀ ਕਰ ਸਕਦੇ ਹੋ। ਐਕਟ ਦੀ ਸਭ ਤੋਂ ਪਹਿਲ ਕਰਾਂਗੇ, ਜਿਹੜੇ ਅਫਸਰਾਂ ਨੇ ਗੰਦ ਪਾਇਆ ਸਭ ਤੋਂ ਪਹਿਲੇ ਇਹਨਾਂ ਨੂੰ ਫੜਾਂਗੇ, ਫਿਰ ਕੰਮ ਰੁਕੂਗਾ ਸਰ। ਅਕਸਰ ਹੀ ਸੱਤਾ ਧਿਰ ਤੇ ਵਿਰੋਧੀਆਂ ਵੱਲੋਂ ਇਲਜ਼ਾਮ ਲਾਏ ਜਾਂਦੇ ਨੇ, ਪਰ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਅਜਿਹੀ ਧੱਕੇਸ਼ਾਹੀ ਸੱਤਾ ਧਿਰ ਵੱਲੋਂ ਕਦੋਂ ਬੰਦ ਹੋਵੇਗੀ। ਨਿਊਜ਼ ਡੈਸਕ ਤੋਂ ਸੁਖਵਿੰਦਰ ਸ਼ੇਰਗਿੱਲ ਦੀ ਖਾਸ ਰਿਪੋਰਟ।